ਬੈਰਾੜੀ ਮਹੱਲਾ ਚੌਥਾ। ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਗਵਾਵੈ। ਰਹਾਉ ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੈ, ਹਰ ਆਪੇ ਚਗਰ ਚੁਕਾਵੈ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੈ, ਹਰ ਆਪੇ ਚਗਰ ਚੁਕਾਵੈ। ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਮਾਲਕ, ਸ਼ੁਕਰ ਵਾਹਿਗੁਰੂ, ਵਾਹਿਗੁਰੂ ਧੰਨਵਾਦ। ਘਰ ਹੈ ਸਰਦਾਰ ਦੇਵਿੰਦਰ ਸਿੰਘ ਬੈਂਸ ਜੀ ਦਾ, ਜੋ 1978 ਵਿੱਚ ਇੰਡੀਆ ਤੋਂ USA ਆਏ ਅਤੇ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਸਬਰ, ਸੰਤੋਖ ਤੇ ਸੱਚ ਦੇ ਅਸੂਲਾਂ ਨਾਲ ਜ਼ਿੰਦਗੀ ਦੇ ਸਫ਼ਰ ਨੂੰ ਸੋਹਣੇ ਢੰਗ ਨਾਲ ਅੱਗੇ ਵਧਾਉਂਦੇ ਹੋਏ ਕਾਮਯਾਬੀ ਦੀਆਂ ਨਿੱਤ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਨੇ। ਫਲ ਨੀਵੀਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀਂ। ਮੈਂ ਕਹੀਂ ਪਹਾੜ ਡਿੱਗਦੇ ਹੋਏ ਵੇਖੇ, ਮੈਂ ਕਹੀਂ ਆਸਮਾਨ ਫਟਦੇ ਹੋਏ ਵੇਖੇ। ਜੀ ਹਾਂ, ਮਨ ਨੀਵਾਂ ਮਤ ਉੱਚੀ, ਇਹ ਗੱਲ ਅਸੀਂ ਸੁਣੀ ਹੈ, ਲੇਕਿਨ ਅੱਜ ਅਸੀਂ ਇਸ ਸ਼ੋਅ ਦੇ ਤਹਿਤ ਮੇਰੀ ਕਹਾਣੀ, ਮੇਰੀ ਜ਼ੁਬਾਨੀ, ਇਹਨੂੰ ਆਪਾਂ ਸਮਝਾਂਗੇ ਵੀ। ਮੇਰੇ ਨਾਲ ਜਿਹੜਾ ਝਰਨਾ ਹੈ, ਪਾਣੀ ਤਾਂ ਉੱਤੋਂ ਜਾ ਰਿਹਾ ਹੈ, ਲੇਕਿਨ ਡਿੱਗ ਥੱਲੇ ਹੀ ਰਿਹਾ। ਔਰ ਜਦ ਥੱਲੇ ਡਿੱਗ ਰਿਹਾ ਤਾਂ ਹਰ ਕਿਸੇ ਨੂੰ, ਹਰ ਇਸ ਬੂਟੇ ਨੂੰ ਵੀ ਇਹ ਸੁਨਹਿਰਾ ਕਰ ਰਿਹਾ। ਅੱਜ ਮੈਂ ਤੁਹਾਨੂੰ ਜਿਸ ਸ਼ਖਸੀਅਤ ਦੇ ਨਾਲ ਮਿਲਾਵਾਂਗਾ, ਉਹੀ ਸਿਧਾਂਤ ਉਹਨਾਂ ਨੇ ਵੀ ਫੋਲੋ ਕੀਤਾ, ਮਨ ਨੀਵਾਂ ਮਤ ਉੱਚੀ। ਔਰ ਇਸ ਸਿਧਾਂਤ ਨੂੰ ਫੋਲੋ ਕਰਕੇ ਕਿਵੇਂ ਕੋਈ ਸ਼ਖਸੀਅਤ ਜਾਂ ਪਰਸਨੈਲਿਟੀ ਉਸ ਪੌੜੀਆਂ ਦੇ ਵੱਲ ਚੜ੍ਹਦਾ ਜੋ ਕਿ ਅਸੀਂ ਪੌੜੀਆਂ ਕਹਿੰਦੇ ਹਾਂ ਕਾਮਯਾਬੀ ਦੀ ਹੁੰਦੀ ਹੈ। ਸਾਡੇ ਕਈ ਸਾਰੇ ਭਾਈਚਾਰੇ ਦੇ ਲੋਕ, ਔਰ ਖਾਸ ਤੌਰ 'ਤੇ ਜਦ ਸਾਡਾ ਸਿੱਖ ਭਾਈਚਾਰਾ ਉਸ ਧਰਤੀ ਤੋਂ, ਪੰਜਾਬ ਤੋਂ, ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਪਹੁੰਚਿਆ, ਤਾਂ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਕਾਮਯਾਬ ਕੀਤਾ। ਚੜ੍ਹੇ, ਡਿੱਗੇ, ਫਿਰ ਚੜ੍ਹੇ, ਫਿਰ ਡਿੱਗੇ, ਲੇਕਿਨ ਡਿੱਗ ਕੇ ਜਿਹਨੇ ਚੜ੍ਹਨਾ ਸਿੱਖਿਆ, ਉਹੀ ਤਾਂ ਹੈ ਕਹਾਣੀ। ਔਰ ਆਪਾਂ ਕਰਾਂਗੇ ਅੱਜ ਮੇਰੀ ਕਹਾਣੀ, ਮੇਰੀ ਜ਼ੁਬਾਨੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ। ਮੈਂ ਤੁਹਾਨੂੰ ਮਿਲਾਵਾਂਗਾ ਕੈਲੀਫੋਰਨੀਆ ਦੇ ਵਿੱਚ ਵਸਦੇ ਉਸੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਇਹਨਾਂ ਸਾਰੇ ਸਿਧਾਂਤਾਂ ਨੂੰ ਫੋਲੋ ਕੀਤਾ। ਅਸੀਂ ਕਹਿੰਦੇ ਹਾਂ ਕਿ ਪੰਜਾਬੀਆਂ ਨੂੰ ਸ਼ੌਕ ਹੁੰਦਾ ਹੈ ਗੱਡੀਆਂ ਦਾ, ਗੱਡੀ ਚਲਾਉਣ ਦਾ, ਗੱਡੀ ਰੱਖਣ ਦਾ, ਲੇਕਿਨ ਅੱਜ ਮੈਂ ਤੁਹਾਨੂੰ ਜਿਹਨੇ ਨਾਲ ਮਿਲਾਵਾਂਗਾ ਉਹ ਗੱਡੀਆਂ ਦੇ ਕਿੰਗ ਬਣੇ, ਔਰ ਉਨੀ ਮਹਾਰਤ ਹਾਸਿਲ ਕੀਤੀ ਕਿ ਗੁਰੂ ਸਾਹਿਬ ਦੇ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਅੱਜ ਹਿਊਸਟਨ ਕੈਲੀਫੋਰਨੀਆ ਦੇ ਵਿੱਚ ਹੀ ਇਜ਼ ਵਨ ਆਫ ਦਾ ਬੈਸਟ ਕਾਰ ਡੀਲਰਸ਼ਿਪ
And on top of that, he says that, I am proud to be Sikh. And who is that Sikh who is proud in this car dealership business? ਅੱਜ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਚਲਦੇ ਹਾਂ ਅਸੀਂ ਉਸ ਸ਼ਖਸੀਅਤ ਨਾਲ, ਕਰਦੇ ਹਾਂ ਰਾਬਤਾ ਕਾਇਮ, ਦਵਿੰਦਰ ਸਿੰਘ ਬੈਂਸ। ਅਮ੍ਰਿਤ, ਲੱਗਦਾ ਜਸ ਪੰਜਾਬੀ ਦੀ ਟੀਮ ਆ ਗਈ, ਬ੍ਰੈਕਫਾਸਟ ਵਗੈਰਾ ਤਿਆਰ ਹੈ। ਚਲੋ, ਲੈਟਸ ਵੈਲਕਮ ਦੈਮ, ਆ ਜਾਓ। ਸਤਿ ਸ਼੍ਰੀ ਅਕਾਲ ਬੈਂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸ ਪੰਜਾਬੀ ਟੀਮ, ਵੈਲਕਮ ਰਾਈਟ ਔਨ ਦ ਟਾਈਮ ਜੀ। ਸਤਿ ਸ਼੍ਰੀ ਅਕਾਲ ਬੈਂ ਜੀ, ਥੈਂਕ ਯੂ ਵੈਰੀ ਮਚ। ਆਓ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਘਰ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਐਂਡ ਤੁਸੀਂ ਵੀ ਐਗਜੈਕਟ ਟਾਈਮ ਤਿਆਰ ਹੋ ਗਏ ਪੂਰੇ ਅੱਜ ਹੈ। ਡਿਸਿਪਲਿਨ ਇਜ਼ ਦ ਵਨ ਥਿੰਗ ਦੈਟ ਆਈ ਲਰਨਡ ਫਰਮ ਮਾਈ ਪੇਰੈਂਟਸ। ਦੈਟਸ ਗੁੱਡ। ਅਤੇ ਅੱਜ ਕੀ ਰੁਝੇਵਾਂ ਰਿਹਾ ਤੁਹਾਡਾ ਸਵੇਰ ਦਾ? ਸਵੇਰੇ ਬਸ ਪਹਿਲਾਂ ਉੱਠੇ, ਥੋੜ੍ਹੇ ਟਾਈਮ ਸਿਰ ਐਕਸਰਸਾਈਜ਼ ਕਰਕੇ, ਮਹਾਰਾਜ ਦਾ ਪ੍ਰਕਾਸ਼ ਕਰਕੇ, ਹੁਕਮਨਾਮਾ ਕਰਕੇ, ਗੈਟ ਰੈਡੀ। ਆਈ ਯੂਜਲੀ ਆਮ ਐਟ ਵਰਕ ਬਾਈ 7:30 ਇਨ ਦ ਮਾਰਨਿੰਗ, ਸੋ ਦੈਟ ਆਈ ਕੈਨ ਸੀ ਫਰੋਮ ਯੂਰ ਫਿਟਨੈਸ। ਵੈਰੀ ਗੁੱਡ, ਵੈਰੀ ਗੁੱਡ। ਅਤੇ ਬੱਚੇ ਸਾਰੇ ਕੰਮ 'ਤੇ? ਹਾਂਜੀ, ਤਿੰਨ ਬੱਚੇ ਹੈਗੇ ਨੇ, ਦੇ ਆਰ ਹੈਵ ਦੇ ਓਨ ਮੈਡੀਕਲ ਪ੍ਰੋਫੈਸ਼ਨ। ਓਕੇ। ਅਤੇ ਘਰ ਅਸੀਂ ਦੋਨੋਂ ਮੀਆਂ ਬੀਵੀ ਹੈਗੇ ਹਾਂ। ਓਕੇ। ਦੇ ਆਰ ਔਨ ਟੂ ਡੂਇੰਗ ਦੇਅਰ ਥਿੰਗਸ। ਬਟ ਡੈਫੀਨੇਟਲੀ ਆਈ ਵਾਸ ਸੋ ਐਕਸਾਈਟਡ ਟੂ ਹੈਵ ਯੂਰ ਰੀਅਲ ਲਾਈਫ ਸਟੋਰੀ, ਅਤੇ ਮੈਂ ਦਰਸ਼ਕਾਂ ਨੂੰ ਦੱਸ ਸਕਾਂ ਆਪਣੇ। ਐਂਡ ਮੈਂ ਸਭ ਤੋਂ ਪਹਿਲਾਂ ਉਹੀ ਜਾਣਨਾ ਚਾਹੁੰਦਾ ਕਿ ਮੈਂ ਜਿਵੇਂ ਦੱਸ ਰਿਹਾ ਸੀ ਦਰਸ਼ਕਾਂ ਨੂੰ ਕਿ ਗੁਰੂ ਸਾਹਿਬ ਦੀ ਉਹ ਜਿਹੜੀ ਫਿਲੋਸਫੀ ਹੈ, ਮੰਨੀ ਵਾ ਮਤ ਉੱਚੀ ਦੀ, ਔਰ ਫਲ ਨੀਵੀਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ। ਸੋ ਇੱਕ ਤਾਂ ਬਹੁਤ ਸਾਰੇ ਤੁਹਾਡੇ ਇੱਥੇ ਬੂਟੇ ਵੀ ਲੱਗੇ ਹੋਏ ਨੇ, ਅਤੇ ਤੁਹਾਨੂੰ ਬੂਟਾ ਸਿੱਖੀ ਸਿਧਾਂਤਾਂ ਦਾ ਕਿੰਨੇ ਦਿੱਤਾ ਔਰ ਕਿੱਥੇ ਤੱਕ ਉਹ ਪਹੁੰਚਿਆ? ਪਰ ਕਿਰੀ ਜਿਸ ਤਰ੍ਹਾਂ ਇਹ ਸਾਡਾ ਜਿਹੜਾ ਜੰਮਣ ਹੈਗਾ ਸਿੱਖੀ ਦਾ, ਸਾਡੇ ਮਾਂ ਬਾਪ ਨੇ ਲਗਾਇਆ। ਜਿਹੜੇ ਮੇਰੇ ਮੈਂਟਰ ਹੁੰਦੇ ਸੀਗੇ ਡਾਕਟਰ ਸੰਤੋਖ ਸਿੰਘ ਧੀਰ ਭੋਪਾਲ ਹੁੰਦੇ ਸੀ, ਉਹਨਾਂ ਦੇ ਕੋਲੋਂ ਮੈਂ ਇੱਕ ਗੱਲ ਸੁਣੀ ਸੀ ਉਹਨਾਂ ਦੇ ਲੈਕਚਰਸ ਦੇ ਵਿੱਚੋਂ। ਕਹਿੰਦੇ ਸੀਗੇ ਵੀ ਜਬ ਸ਼ਾਇਰ ਕੇ ਦਰਦੰਗੇ ਇਸ ਤਖੈਰ ਕੋ ਲਫਜ਼ੋਂ ਕੀ ਉਮਰ ਕੈਦ ਹੋ ਜਾਏ ਤੋ ਸ਼ਾਇਰ ਜ਼ਮੀਨ ਆਸਮਾਨ ਏਕ ਕਰ ਦੇਤੇ ਹੈ। ਅਤੇ ਉਹਦੇ ਵਿੱਚ ਉਹ ਕਹਿੰਦੇ ਹੁੰਦੇ ਸੀਗੇ ਕਿ ਜਵਾਨੀ ਮੈਂ ਚਾਹੇ ਜੋਸ਼ ਨਾ ਹੋ, ਬਾਤ ਕਰਨੇ ਕਾ ਚਾਹੇ ਹੋਸ਼ ਨਾ ਹੋ, ਬਸ ਇੱਕ ਯੂੰ ਕਿ ਇਨਸਾਨ ਅਹਿਸਾਨ ਫਰਾਮੋਸ਼ ਨਾ ਹੋ। ਕਿਆ ਬਾਤ ਹੈ, ਕਿਆ ਬਾਤ ਹੈ। ਤੋ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਚੀਜ਼ਾਂ ਦਾ ਅਹਿਸਾਨਮੰਦ ਹੋਣ ਦਾ ਅਹਿਸਾਸ ਰੱਖਦਾ ਹਾਂ। ਕਹਿੰਦੇ ਸਭ ਤੋਂ ਪਹਿਲਾਂ ਵਾਹਿਗੁਰੂ, ਉਸ ਤੋਂ ਬਾਅਦ ਮਾਤਾ ਪਿਤਾ, ਤੀਸਰੇ ਗੁਰੂ ਸਾਹਿਬਾਨ, ਚੌਥੇ ਆਪਣੇ ਉਹ ਇੰਸਟਰਕਟਰ ਜਿਹਨੇ ਤੁਹਾਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਕਾਬਿਲ ਬਣਾਇਆ ਜੀ, ਔਰ ਪੰਜਵੇਂ ਸ਼ਹੀਦ ਜਿਨ੍ਹਾਂ ਦੀ ਬਦੌਲਤ ਅਸੀਂ ਸਿੱਖੀ ਸਾਂਭੀ ਬੈਠੇ ਹਾਂ। ਕਿਆ ਬਾਤ ਹੈ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਗੁਰੂ ਸਾਹਿਬਾਨ ਨੂੰ ਤੁਸੀਂ ਮਾਤਾ ਪਿਤਾ ਤੋਂ ਥੱਲੇ ਰੱਖਿਆ, ਵਜ੍ਹਾ ਕੀ ਹੈ ਉਹਦੀ ਜੀ? ਕਹਿੰਦੇ ਮੈਂ ਦੱਸਣਾ। ਕਹਿੰਦਾ ਸਭ ਤੋਂ ਪਹਿਲਾਂ ਅਹਿਸਾਨ ਮੰਦ ਹੋਣਾ ਵਾਹਿਗੁਰੂ ਦਾ, ਕਿਉਂਕਿ ਉਹਨੇ ਮਨੁੱਖੀ ਜਨਮ ਦਿੱਤਾ। ਦੂਸਰਾ ਮਾਂ ਬਾਪ ਦਾ, ਕਿਉਂਕਿ ਮਾਂ ਬਾਪ ਨੇ ਤੁਹਾਨੂੰ ਜਨਮ ਦਿੱਤਾ, ਪਾਲਣ ਪੋਸ਼ਣ ਕੀਤਾ, ਅਤੇ ਤੁਹਾਨੂੰ ਉਹਨਾਂ ਨੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਤੋਂ ਇੰਟਰੋਡਿਊਸ ਕਰਾਇਆ। ਇਸ ਕਰਕੇ ਸਭ ਤੋਂ ਪਹਿਲਾਂ ਮਾਂ ਬਾਪ, ਦੂਸਰੇ ਨੰਬਰ 'ਤੇ ਫਿਰ ਗੁਰੂ ਸਾਹਿਬਾਨ, ਅਤੇ ਤੀਸਰਾ ਤੁਹਾਡਾ ਉਹ ਇੰਸਟਰਕਟਰ ਜਿਹਨੇ ਤੁਹਾਨੂੰ ਜ਼ਿੰਦਗੀ ਦਾ ਹੁਨਰ ਦਿੱਤਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕਿਤੇ ਠੋਕਰ ਖਾ ਕੇ ਡਿੱਗੋ ਨਾ, ਆਪਣੇ ਆਪ ਨੂੰ ਸੰਭਾਲ ਲਓ। ਅਤੇ ਪੰਜਵਾਂ, ਉਹ ਸਾਡੇ ਸ਼ਹੀਦ ਜਿਨ੍ਹਾਂ ਦੀ ਬਦੌਲਤ ਅਸੀਂ ਸਿਰ 'ਤੇ ਦਸਤਾਰ ਰੱਖ ਕੇ ਉੱਚੇ ਮਾਣ ਨਾਲ ਕਹਿ ਸਕਦੇ ਹਾਂ ਕਿ ਮੈਨੂੰ ਸਿੱਖ ਹੋਣ 'ਤੇ ਮਾਣ ਹੈ। ਕਿਆ ਬਾਤ ਹੈ। ਦਵਿੰਦਰ ਬੈਂਸ ਹੋਰੀ ਉਹ ਪਰਸਨੈਲਿਟੀ ਹਨ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਮੁਕਾਮ ਹਾਸਿਲ ਕਾਰ ਡੀਲਰਸ਼ਿਪ ਬਿਜ਼ਨਸ ਦੇ ਵਿੱਚ ਤਾਂ ਕੀਤਾ, ਲੇਕਿਨ ਆਪਣੀ ਨਿੱਜੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੇ ਇੱਕ ਪਿਓ ਦਾ
ਇੱਕ ਭਰਾ ਦਾ, ਇੱਕ ਪੁੱਤ ਦਾ, ਇੱਕ ਪਤੀ ਦਾ ਕਿਰਦਾਰ ਵੀ ਨਿਭਾਇਆ। ਉਹ ਕਿਰਦਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦਾ ਰਿਹਾ? ਸ਼ੁਰੂਆਤ ਮੈਂ ਸਭ ਤੋਂ ਪਹਿਲਾਂ ਪੁੱਤ ਦੇ ਕਿਰਦਾਰ ਤੋਂ ਕਰਨਾ ਚਾਹੁੰਦਾ ਕਿ ਇਹਨਾਂ ਦੇ ਫਾਦਰ ਸਾਹਿਬ ਕੌਣ ਸੀਗੇ ਔਰ ਉਹਨਾਂ ਦਾ ਕੀ ਬੈਕਗ੍ਰਾਊਂਡ ਸੀਗਾ। ਬੈਂਸ ਸਾਹਿਬ ਜੀ, ਸਾਡੇ ਫਾਦਰ ਸਾਹਿਬ ਦਾ ਨਾਂ ਸਰਦਾਰ ਦਰਸ਼ਨ ਸਿੰਘ ਬੈਂਸ, ਇੰਜੀਨੀਅਰ, 1978 'ਚ ਰਿਟਾਇਰ ਹੋਏ ਸੀ ਭੋਪਾਲ ਤੋਂ। ਅਤੇ ਸਾਡੇ ਮਾਤਾ ਜੀ ਬੀ ਜੀ ਗੁਰਚਰਨ ਕੌਰ, ਅਤੇ ਸਾਡੇ ਫਾਦਰ ਸਾਹਿਬ ਦਾ ਐਕਚੁਅਲੀ ਬੀ ਜੀ ਪਿਤਾ ਜੀ ਦੋਨਾਂ ਦਾ ਇਹ ਇੱਕ ਸੁਪਨਾ ਹੁੰਦਾ ਸੀਗਾ ਕਿ ਮੈਂ ਆਪਣੇ ਬੱਚੇ ਬਹੁਤ ਪੜ੍ਹਾਉਣੇ ਲਿਖਾਉਣੇ ਆ। ਬੀ ਜੀ ਕਦੇ ਸਕੂਲ ਨਹੀਂ ਸੀ ਗਏ, ਪਰ ਯੈਟ ਸ਼ੀ ਅੰਡਰਸਟੂਡ ਦੀ ਪਾਵਰ ਆਫ ਦੀ ਐਜੂਕੇਸ਼ਨ, ਸੋ ਸ਼ੀ ਮੇਡ ਸ਼ੋਰ। ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਕਿਤੇ ਸਕੂਲ ਤੋਂ ਜਦੋਂ ਆ ਕੇ ਬਸਤਾ ਰੱਖਣਾ, ਅਤੇ ਬੀ ਜੀ ਨੇ ਮੇਰੀ ਅੱਖਾਂ 'ਚ ਦੇਖ ਕੇ ਮੈਨੂੰ ਦੱਸ ਦੇਣਾ ਕਿ ਅੱਜ ਮੈਂ ਸਕੂਲ ਅਟੈਂਡ ਕੀਤਾ ਕਿ ਨਹੀਂ ਕੀਤਾ। ਅੱਛਾ। ਅਤੇ ਮੈਨੂੰ ਕਾਫੀ ਸਮਾਂ ਇਹ ਖਾਦਸ਼ਾ ਰਿਹਾ ਕਿ ਸ਼ਾਇਦ ਬੀ ਜੀ ਨੇ ਮੇਰੇ ਪੁੱਛੇ ਕੋਈ ਜਸੂਸ ਛੱਡਿਓ ਨੇ, ਬਟ ਆਈ ਡਿਡ ਨੋ ਦੈਟ ਵਾਜ਼ ਮਦਰਸ ਇੰਟੂਸ਼ਨ। ਅਤੇ ਉਹਨਾਂ ਨੇ ਐਜੂਕੇਸ਼ਨ ਦਾ ਕਾਫੀ ਜ਼ੋਰ ਪਾਇਆ, ਅਤੇ ਨਾਲ ਹੀ ਉਹਨਾਂ ਨੇ ਸਾਨੂੰ ਸਿੱਖੀ ਸਿਧਾਂਤਾਂ ਤੋਂ ਹਰ ਪਲ ਦੇ ਉੱਪਰ ਚੱਲਣ ਦੀ ਜਾਚ ਸਿਖਾਈ ਹੈ। ਸਾਡੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀ, ਬੇਟਾ ਤੁਹਾਡੇ ਇਨਸਾਨ ਦੇ ਹੱਥ ਦੇ ਵਿੱਚ ਸਿਰਫ ਦੋ ਚੀਜ਼ਾਂ ਨੇ, ਤੁਹਾਡੀ ਮਿਹਨਤ ਅਤੇ ਤੁਹਾਡੀ ਇਮਾਨਦਾਰੀ। ਕਿਆ ਬਾਤ ਹੈ। ਇਹਨਾਂ ਦੋ ਚੀਜ਼ਾਂ 'ਤੇ ਤੁਸੀਂ ਕਦੋਂ ਕੰਪਰੋਮਾਈਜ਼ ਨਾ ਕਰੋ, ਬਾਕੀ ਚੀਜ਼ਾਂ ਵਾਹਿਗੁਰੂ 'ਤੇ ਛੱਡ ਦਿਓ। ਵਾਹਿਗੁਰੂ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਅਤੇ ਇਹ ਜਿਹੜਾ ਜੰਮਣ ਉਹਨਾਂ ਨੇ ਲਾਇਆ, ਵੀ ਆਰ ਫੋਰ ਬ੍ਰਦਰਸ ਐਂਡ ਅ ਸਿਸਟਰ। ਓਕੇ। ਸਾਡੇ ਭੈਣ ਜੀ ਸਭ ਤੋਂ ਵੱਡੇ ਨੇ, ਸਰਦਾਰਨੀ ਹਰਬੰਸ ਕੌਰ। ਓਕੇ। ਅਤੇ ਉਹ ਘਰ ਸਭ ਤੋਂ ਵੱਡੇ ਨੇ, ਮੈਂ ਘਰ ਸਭ ਤੋਂ ਛੋਟਾ। ਸੋ ਸ਼ੀ ਪ੍ਰੈਕਟੀਕਲੀ ਹੈਜ਼ ਟੇਕਨ ਮਾਈ ਮਦਰਸ ਪਲੇਸ ਨਾਓ ਆਫਟਰ ਬੀ ਜੀ ਹੈਜ਼ ਲੈਫਟ ਅਸ ਇਨ 2004। ਅਤੇ ਉਹਨਾਂ ਤੋਂ ਅੱਗੇ ਚੱਲੀਏ ਤਾਂ ਸਾਡੇ ਫਿਲਾਡੈਲਫੀਆ ਹੁੰਦੇ ਨੇ ਸਰਦਾਰ ਜਸਪਾਲ ਸਿੰਘ ਜੀ ਬੈਂਸ, ਉਹ ਇੰਜੀਨੀਅਰ ਰਿਟਾਇਰ ਨੇ। ਓਕੇ। ਉਹਨਾਂ ਤੋਂ ਛੋਟੇ ਸਰਦਾਰ ਰਘਵੀਰ ਸਿੰਘ ਬੈਂਸ, ਉਹ ਕਲੀਵਲੈਂਡ ਹੁੰਦੇ ਨੇ, ਉਹ ਟਰੈਕਿੰਗ ਬਿਜ਼ਨਸ 'ਚ ਹੁੰਦੇ ਸੀ, ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ। ਓਕੇ। ਅਤੇ ਉਹਨਾਂ ਤੋਂ ਛੋਟੇ ਨੇ ਸਰਦਾਰ ਨਰਿੰਦਰ ਸਿੰਘ ਬੈਂਸ, ਉਹ ਆਲਸੋ ਹੀ ਇਜ਼ ਇਲੈਕਟ੍ਰੋਨਿਕ ਇੰਜੀਨੀਅਰ, ਬਟ ਹੀ ਇਜ਼ ਡਸ ਦੀ ਫਾਈਨੈਂਸ਼ੀਅਲ ਮਾਰਕੀਟ। ਆਮ ਦ ਯੰਗੈਸਟ ਵਨ ਐਂਡ ਆਮ ਦ ਓਨਲੀ ਵਨ ਇਨ ਕੈਲੀਫੋਰਨੀਆ ਐਂਡ ਐਵਰੀਵਨ ਐਲਸ ਇਜ਼ ਅਵੇ ਫਰੋਮ ਕੈਲੀਫੋਰਨੀਆ। ਓਕੇ। ਸੋ ਮੈਂ ਦੇਖ ਪਾ ਰਿਹਾ ਔਰ ਸੁਣ ਪਾ ਰਿਹਾ ਦੈਟ ਤੁਹਾਡੇ ਫਾਦਰ ਸਾਹਿਬ ਨੇ ਔਰ ਤੁਹਾਡੀ ਮਦਰ ਨੇ, ਦੇ ਹੈਵ ਬੋਰਨ ਦੀ ਇੰਜੀਨੀਅਰਸ ਇਨ ਦੀ ਫੈਮਲੀ, ਐਂਡ ਤੁਸੀਂ ਆਪਣਾ ਸਮਾਂ ਬਤੀਤ ਕੀਤਾ ਉਹਨਾਂ ਦੇ ਨਾਲ ਔਰ ਤੁਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅੱਗੇ ਵਧੇ। ਅਤੇ ਮੈਂ ਤੁਹਾਡੀ ਜ਼ਿੰਦਗੀ ਦਾ ਉਹ ਦਿਨ ਜਾਣਨਾ ਚਾਹੁੰਦਾ ਜਦ ਤੁਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਉਹਨਾਂ ਜੋੜਿਆਂ ਸਮੇਤ, ਕੀ ਸੁਪਨਾ ਸੀਗਾ ਉਹ ਟਰਨਿੰਗ ਪੁਆਇੰਟ ਤੁਹਾਡੀ ਲਾਈਫ ਦੇ ਵਿੱਚ ਜਿਹਨੇ ਤੁਹਾਨੂੰ ਉਹਨਾਂ ਸਾਰਾ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ? ਦੇਖੋ ਜੀ, 1978 ਦੇ ਵਿੱਚ ਮੈਂ ਕਲੀਵਲੈਂਡ ਆਇਆ ਸੀ। ਸੇ ਕਲੀਵਲੈਂਡ ਦੇ ਵਿੱਚ ਉਦੋਂ ਸਿੱਖਾਂ ਦੀ ਪਾਪੂਲੇਸ਼ਨ ਬਹੁਤ ਥੋੜ੍ਹੀ ਹੁੰਦੀ ਸੀਗੀ, ਗਿਣਤੀ ਦੇ 4 ਜਾਂ 5 ਸਿੱਖ ਪਰਿਵਾਰ ਹੁੰਦੇ ਸੀਗੇ। ਅਤੇ ਮੈਨੂੰ ਜਿਹੜੇ ਮੇਰੇ ਯਾਰ ਦੋਸਤ ਹਮ ਉਮਰ, ਉਹਨਾਂ ਨੇ ਮੈਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੇ ਤਾਂ ਤੁਸੀਂ ਸਕਸੈਸਫੁਲ ਹੋਣਾ ਇਸ ਕੰਟਰੀ ਦੇ ਵਿੱਚ, ਤੁਹਾਨੂੰ ਆਪਣਾ ਪੇਸ ਬਦਲਣਾ ਪੈਣਾ ਹੈ, ਤੁਹਾਨੂੰ ਕੇਸ ਕਟਾਉਣੇ ਪੈਣੇ ਨੇ, ਦਸਤਾਰ ਉਤਾਰਨੀ ਪੈਣੀ ਹੈ, ਅਦਰਵਾਈਜ਼ ਇਟ ਵਿਲ ਬੀ ਟਫ ਫੋਰ ਯੂ ਟੂ ਈਵਨ ਫਾਈਂਡ ਅ ਜੋਬ, ਫੋਰਗੈਟ ਅਬਾਊਟ ਬੀਇੰਗ ਸਕਸੈਸਫੁਲ। ਆਈ ਟੁੱਕ ਦੈਟ ਐਜ਼ ਅ ਚੈਲੰਜ। ਐਕਚੁਅਲੀ ਮੈਨੂੰ ਜਿਹੜਾ ਸਭ ਤੋਂ ਬੜਾ ਡਰ ਸੀਗਾ ਜ਼ਿੰਦਗੀ ਦੇ ਵਿੱਚ ਕਿ ਜੇ ਮੈਂ ਇਹ ਕਿਤੇ ਕਦਮ ਉਠਾ ਲਿਆ ਤਾਂ ਮੈਨੂੰ ਮੇਰੇ ਮਾਂ ਬਾਪ ਨੇ ਡਿਸਓਨ ਕਰ ਦੇਣਾ। ਕਰੈਕਟ। ਉਹ ਮੇਰਾ ਸਭ ਤੋਂ ਬੜਾ ਡਰ ਸੀਗਾ, ਜਿਸ ਕਰਕੇ ਮੈਂ ਇਸ ਪਾਸੇ ਸੋਚ ਵੀ ਨਹੀਂ ਸੀ ਸਕਦਾ। ਐਂਡ ਸੈਕਿੰਡ ਥਿੰਗ ਵਾਜ਼ ਸਿੱਖੀ ਸਿਧਾਂਤ, ਉਹਨਾਂ ਨੇ ਜਿਹੜੇ ਕੁੱਟ ਕੁੱਟ ਕੇ ਭਰਿਓ ਸੀ ਅੰਦਰ ਜੀ ਦੇ ਸਟੇਜ ਦੇ ਜੀ। ਅਤੇ ਅੱਗੇ ਤੁਸੀਂ ਵਧੇ, ਹੁਣ ਤੁਹਾਡੀ ਜ਼ਿੰਦਗੀ ਇੱਕ ਪੁੱਤ ਤੋਂ ਤੁਹਾਡੇ ਕੰਧਿਆਂ ਦੇ ਉੱਤੇ ਇੱਕ ਹੋਰ ਰਿਸਪੋਂਸੀਬਿਲਿਟੀ ਐਜ਼ ਐਨ ਹਸਬੈਂਡ ਦੀ ਆਉਣ ਵਾਲੀ ਸੀਗੀ, ਉਹ ਕਦ ਆਈ ਔਰ ਤੁਹਾਡੀ ਲਾਈਫ ਦੇ ਵਿੱਚ ਕੌਣ ਆਇਆ? ਇਹ ਗੱਲ ਜੀ 1984 ਦੀ ਹੈ। ਓਕੇ। ਆਈ ਮੈਟ ਮਾਈ ਵਾਈਫ ਅਮ੍ਰਿਤ ਇਨ ਕਲੀਵਲੈਂਡ।
ਓਕੇ ਇਹ ਆਪਣੇ ਤਾਏ ਜੀ ਹੋਣ ਸਰਦਾਰ ਸੁਰਜੀਤ ਸਿੰਘ ਢਿੱਲੋਂ ਓਕੇ ਉਹਨਾਂ ਦੇ ਆਏ ਸਨ ਐਂਡ ਸ਼ੀ ਵਾਜ਼ ਗੋਇੰਗ ਟੂ ਸਕੂਲ ਸਾਡੀ ਫੈਮਿਲੀ ਨੇ ਆਪਸ ਦੇ ਵਿੱਚ ਗੱਲ ਕੀਤੀ ਐਂਡ ਦੈਨ ਵੀ ਡਿਸਾਈਡਡ ਟੂ ਗੈਟ ਮੈਰੀ ਸੋ ਅੰਮ੍ਰਿਤ ਹੋਣਾ ਦਾ ਇਹ ਖਿਆਲ ਸੀਗਾ ਕਿ ਸਿੰਸ ਹੀ ਵਾਂਟ ਦ ਫੈਮਿਲੀ ਸੋ ਲੈਟਸ ਫਿਨਿਸ਼ ਦ ਫੈਮਿਲੀ ਐਂਡ ਦੈਨ ਸ਼ੀ ਵਿਲ ਫਿਨਿਸ਼ ਅਪ ਹਰ ਸਕੂਲਿੰਗ ਲੇਟਰ ਔਨ ਓਕੇ ਸੋ ਸ਼ੀ ਸੈਕਰੀਫਾਈਸਡ ਹਰ ਲਾਈਫ ਫੋਰ ਦੀ ਚਿਲਡਰਨ ਟੂ ਬੀ ਐਜੂਕੇਟਡ ਵੀ ਹੈਵ ਥਰੀ ਚਿਲਡਰਨ ਡਾਕਟਰ ਜਸਮੀਤ ਕੌਰ ਬੈਂਸ ਸ਼ੀ ਵਰਕਸ ਇਨ Bakersfield okay. She is a family practitioner okay and my second daughter Simran Kaur Bains mm. She is second year resident in Roanoke Virginia okay. In internal medicine and our baby boy okay. Gurvijay Singh Bains doctor he is second year resident in Newark New Jersey mm. In emergency medicine mm. So ਮੈਂ ਇਹ ਸਮਝਦਾ ਕਿ ਜੋ ਮੈਂ ਆਪਣੇ ਫਾਦਰ ਸਾਹਿਬ ਹੁਣਾਂ ਕੋਲ ਸਿੱਖਿਆ ਕਿ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਸਾਡੀ ਝੋਲੀ ਦੇ ਵਿੱਚ ਦਾਤੇ ਨੇ ਪਾਇਆ ਹੈ ਅਸੀਂ ਸ਼ਾਇਦ ਉਸ ਕਾਬਲ ਨਹੀਂ ਸੀਗੇ ਔਰ ਮੈਂ ਇਹ ਮਾਣ ਵੀ ਮਹਿਸੂਸ ਕਰਦਾ ਹਾਂ ਕਿ ਵਾਹਿਗੁਰੂ ਨੇ ਸਾਨੂੰ ਪੰਜਾਂ ਭੈਣਾਂ ਭਰਾਵਾਂ ਨੂੰ ਚੁਣਿਆ ਕਿ ਅਸੀਂ ਆਪਣੇ ਮਾਂ ਬਾਪ ਦੇ ਬੱਚੇ ਹੋ ਕੇ ਇਸ ਦੁਨੀਆ 'ਚ ਆ ਸਕੀਏ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਇਹਦੇ ਵਿੱਚ ਕਿਉਂਕਿ ਉਹਨਾਂ ਦੀ ਜਿਹੜੀ ਦੇਣ ਹੈ ਸਾਡੀ ਜ਼ਿੰਦਗੀ ਦੇ ਵਿੱਚ ਇਟਸ ਆਈ ਸੀਨ ਮਾਈ ਪੇਰੈਂਟਸ ਫਰੋਮ ਬਿਗਿਨਿੰਗ ਦ ਸਟਰਗਲ ਸਟੋਰੀ ਆਫ ਮਾਈ ਡੈਡ ਆਲਸੋ ਉਹਨਾਂ ਨੇ ਕਦੇ ਇਮਾਨਦਾਰੀ ਦਾ ਪੱਲਾ ਨਹੀਂ ਸੀ ਛੱਡਿਆ ਇਸ ਕਰਕੇ ਹੀ ਸਟਾਰਟਡ ਵਰਕਿੰਗ ਐਜ਼ ਐਨ ਇੰਜੀਨੀਅਰ ਐਜ਼ ਐਨ ਓਵਰਸੀਅਰ ਤਾਂ ਜਦੋਂ ਛੋਟੀ ਮੋਟੀ ਗੱਲ ਕਿਤੇ ਹੋਣੀ ਕਿਸੇ ਠੇਕੇਦਾਰ ਨੇ ਆਉਣਾ ਕਿ ਸਰਦਾਰ ਸਾਹਿਬ ਤੁਸੀਂ ਇੰਨੇ ਪੈਸੇ ਲੈ ਲਓ ਸਾਡੀ ਰਿਪੋਰਟ ਬਣਾ ਦਿਓ ਤਾਂ ਜਦੋਂ ਫਾਦਰ ਸਾਹਿਬ ਨੇ ਸਾਫ਼ ਮਨਾ ਕਰ ਦਿੱਤਾ ਸੀਗਾ ਤੁਸੀਂ ਜੇ ਆਪਣਾ ਬਿੱਲ ਮੇਰੇ ਕੋਲ ਪਾਸ ਕਰਵਾਉਣਾ ਚਾਹੁੰਦੇ ਹੋ ਤੁਸੀਂ ਪੂਰੀ ਇਮਾਨਦਾਰੀ ਦੀ ਰਿਪੋਰਟ ਮੈਨੂੰ ਦਿਓ ਅਤੇ ਮੈਂ ਬਿੱਲ ਪਾਸ ਕਰ ਦਿਆਂਗਾ ਇਸ ਕਰਕੇ ਉਹਨਾਂ ਦੀ ਬਦਲੀ ਕਈ ਵਾਰੀ ਸਾਲ ਦੇ ਵਿੱਚ ਦੋ ਵਾਰ ਵੀ ਹੋ ਜਾਂਦੀ ਸੀ ਓਕੇ ਸੋ ਉਹ ਜਿਹੜਾ ਸਟਰਗਲ ਸੀ ਪਿਤਾ ਜੀ ਦੇ ਲਾਈਫ ਦਾ ਅਤੇ ਉਹਨਾਂ ਨੇ ਕੀ ਡਿਸਾਈਡ ਕੀਤਾ ਕਿ ਉਹਨਾਂ ਨੇ ਉਸ ਵੇਲੇ ਮੇਰਾ ਜਨਮ ਤਾਂ ਨਹੀਂ ਸੀ ਹੋਇਆ ਮੇਰੇ ਭੈਣ ਭਰਾਵਾਂ ਨੂੰ ਅਤੇ ਉਹਨਾਂ ਨੇ ਫਿਰ ਪਿੰਡ ਰਸੂਲਪੁਰ ਕਿਹਾ ਵੀ ਮੇਰੀ ਮਦਰ ਨੂੰ ਵੀ ਤੁਸੀਂ ਉੱਥੇ ਰਹੋ ਕਿਉਂਕਿ ਮੇਰੀ ਤਾਂ ਹੁਣ ਬਿਸਤਰਾ ਮੇਰੇ ਸਿਰ 'ਤੇ ਹੀ ਹੋਣਾ ਹੈ ਕਿਉਂਕਿ ਮੈਂ ਇਮਾਨਦਾਰੀ ਛੱਡ ਨਹੀਂ ਸਕਦਾ ਕਰੈਕਟ ਅਤੇ ਇਹ ਜਦੋਂ ਅਸੀਂ ਦੇਖਿਆ ਸੁਣਿਆ ਸਾਰਾ ਕੁਛ ਤਾਂ ਇਹਦੇ ਕੋਲੋਂ ਸਾਨੂੰ ਕਾਫੀ ਕੁਛ ਸਿੱਖਣ ਨੂੰ ਮਿਲਿਆ ਜੀ ਇਮਾਨਦਾਰੀ ਦੇ ਨਾਲ ਮੁਸ਼ਕਲਾਂ ਤਾਂ ਜ਼ਿੰਦਗੀ 'ਚ ਬਹੁਤ ਆਉਂਦੀਆਂ ਨੇ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਸਹੀ ਗੱਲ ਹੈ ਆਵਾਜ਼ ਉੱਥੇ ਹੀ ਬੁਲੰਦ ਹੁੰਦੀ ਹੈ ਜਿੱਥੇ ਇਮਾਨਦਾਰੀ ਹੁੰਦੀ ਹੈ ਜੀ ਅਤੇ ਜਿਵੇਂ ਆਪਾਂ ਇਸ ਸਫ਼ਰ ਦੇ ਵਿੱਚ ਤੁਹਾਨੂੰ ਦਵਿੰਦਰ ਸਿੰਘ ਬੈਂਸ ਹੋਰਾਂ ਦਾ ਸਫ਼ਰ ਦੱਸ ਰਹੇ ਹਾਂ ਉਹਨਾਂ ਦੀ ਰੀਅਲ ਲਾਈਫ ਸਟੋਰੀ ਦੱਸ ਰਹੇ ਹਾਂ ਇੱਕ ਸੁਪਨਾ ਸੀਗਾ ਜੋ ਉਹਨਾਂ ਦੇ ਮਾਤਾ ਜੀ ਚਾਹੁੰਦੇ ਸੀਗੇ ਉਹ ਸੁਪਨਾ ਅੱਜ ਇਹ ਪ੍ਰਾਊਡ ਫੀਲ ਕਰਦੇ ਹਨ ਕਿ ਉਹਨਾਂ ਦੇ ਬੱਚਿਆਂ ਨੇ ਪੂਰਾ ਕੀਤਾ ਜੋ ਇਹਨਾਂ ਦੇ ਮਦਰ ਚਾਹੁੰਦੇ ਸੀਗੇ ਕੀ ਸੁਪਨਾ ਇਹਨਾਂ ਦਾ ਪੂਰਾ ਹੋਇਆ ਕੀ ਹੈ ਇਹਨਾਂ ਦੀ ਹੋਰ ਕਹਾਣੀ ਜਾਣਾਂਗੇ ਇਹਨਾਂ ਦੀ ਜ਼ੁਬਾਨੀ ਲੇਕਿਨ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਦਰਅਸਲ ਮੇਰੇ ਮਦਰ ਮੈਨੂੰ ਚਾਹੁੰਦੇ ਸੀਗੇ ਕਿ ਮੈਂ ਡਾਕਟਰ ਬਣਾ ਅਤੇ ਜਦੋਂ ਮੈਂ ਇੱਥੇ ਆਇਆ ਵੀ BSc ਪਾਰਟ 2 ਕਰਕੇ ਅਤੇ ਮੇਰੇ ਜਿਹੜੇ ਵੱਡੇ ਭਾਈ ਸਰਦਾਰ ਯਸ਼ਪਾਲ ਸਿੰਘ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਕਿ BSc ਕੰਪਲੀਟ ਕਰ ਲਓ ਐਂਡ ਟੇਕ ਐਨ ਐਡਮਿਸ਼ਨ ਇਨ ਟੂ ਦ ਮੈਡੀਕਲ ਕਾਲਜ ਬਟ ਮਾਈ ਮਾਇੰਡ ਵਾਸ ਸੈਟ ਅਪ ਟੂ ਬੀ ਇਨ ਬਿਜ਼ਨਸ ਸੋ ਦੈਟਸ ਹਾਊ ਆਈ ਸਟਾਰਟਡ ਇਨ ਟੂ ਦ ਬਿਜ਼ਨਸ ਅਮਰੀਕਾ ਵਿੱਚ ਆਪਣਾ ਖੁੱਲ੍ਹਾ ਡੁੱਲਾ ਘਰ ਕੁਦਰਤੀ ਵਾਤਾਵਰਣ ਸ਼ਾਂਤੀ ਨਾਲ ਭਰਿਆ ਆਲਾ ਦੁਆਲਾ ਇਸ
ਸੋਹਣੇ ਜਿਹੇ ਮਾਹੌਲ ਨੂੰ ਸਿਰਜਣ ਪਿੱਛੇ ਸਰਦਾਰ ਦੇਵਿੰਦਰ ਸਿੰਘ ਬੈਂਸ ਦਾ ਸ਼ੌਂਕ, ਮਿਹਨਤ ਅਤੇ ਲਗਨ ਹੈ। ਹਰਕੀਰਤ ਜੀ, ਜਿਹੜੇ ਆਪਣੇ ਪਿੱਛੇ ਸਾਡੇ ਟਰੀਜ਼ ਲੱਗੇ ਹੋਏ ਨੇ ਅਤੇ ਉਹ ਆਪਣੇ ਔਰੇਂਜਿਸ ਦੇ ਟਰੀਜ਼ ਹੈਗੇ ਨੇ, ਮੈਂ ਜਾਮਣ ਦੇ ਵੀ ਲਗਾਇਆ, ਨਿੰਮ ਵੀ ਲਗਾਈ ਹੈ, ਅੰਬ ਵੀ ਲਗਾਏ ਨੇ, ਅਜੇ ਸਾਰੇ ਛੋਟੇ ਪੌਦੇ ਨੇ। ਇਹ ਜਿਹੜਾ ਸ਼ੌਕ ਹੈ ਬੜਾ ਪੁਰਾਣਾ ਹੈ ਸਾਨੂੰ ਬੀਜੀ ਪਿਤਾ ਜੀ ਕੋਲੋਂ ਕਿ ਯੂਨੋ ਹਰਿਆਲੀ ਦੇ ਨਾਲ, ਨੇਚਰ ਦੇ ਨਾਲ ਅਸੀਂ ਬਣ ਕੇ ਰਹਿਣਾ ਹੈ। ਸੋ ਜਿਸ ਮੇਕਸ ਇਟ ਪਲੱਸ ਦੈਟਸ ਮਾਈ ਸਟ੍ਰੈਸ ਲੈਵਲ, ਓਕੇ, ਦੈਟ ਕੀਪਸ ਮਾਈ ਸਟ੍ਰੈਸ ਡਾਊਨ ਵਨ ਆਈ ਕਮ ਵਰਕ ਔਨ ਦੀ ਫੀਲਡ। ਅਤੇ ਟੈਨਿਸ ਫੀਲਡ ਔਰ ਜਿਹੜੀ ਪਿੱਛੇ ਦੀ ਫੀਲਡ ਹੈ, ਫਿਰ ਕਿਸ ਕਿਵੇਂ ਯੂਜ਼? ਉਹ ਇਸ ਤਰ੍ਹਾਂ ਹੈਗਾ ਕਿ ਉਹ ਆਪਣਾ ਪਹਿਲਾਂ ਤਾਂ ਟੈਨਿਸ ਕੋਰਟ ਦੇ ਵਿੱਚ ਜਦੋਂ ਖੇਡਦੇ, ਜਦੋਂ ਕੋਈ ਟੀਮ ਸ਼ੇਮ ਆ ਜਾਵੇ ਜੀ, ਔਰ ਜਾਂ ਜਦੋਂ ਕੋਈ ਸਮਾਗਮ ਹੋਵੇ, ਉਦੋਂ ਫਿਰ ਅਸੀਂ ਇਹ ਸਾਰੀ ਪਲੇਸ ਪਾਰਕਿੰਗ ਵਾਸਤੇ ਯੂਜ਼ ਕਰਦੇ ਹਾਂ, ਵਿਆਲੇ ਪਾਰਕਿੰਗ ਵਾਸਤੇ। ਓਕੇ, ਅਤੇ ਫਾਰਮਿੰਗ ਦਾ ਸ਼ੌਕ ਨਹੀਂ ਜਾ ਸਕਦਾ ਪੰਜਾਬੀਆਂ ਦੇ ਵਿੱਚ, ਉਹ ਤਾਂ ਖੂਨ ਦੇ ਵਿੱਚ ਹੈ ਜੀ, ਉਹ ਕਿੱਥੇ ਚਲੇ ਜਾਣਾ। ਅਤੇ ਜਿਹੜਾ ਸੁਪਨਾ ਤੁਹਾਡੇ ਮਦਰ ਦਾ ਸੀਗਾ, ਤੁਸੀਂ ਉਹ ਚਾਹੁੰਦੇ ਸੀਗੇ ਤੁਸੀਂ ਡਾਕਟਰ ਬਣੋ, ਲੇਕਿਨ ਤੁਸੀਂ ਐਂਟਰਪ੍ਰੀਨੋਰ ਬਣੇ, ਬਿਜ਼ਨਸਮੈਨ ਬਣੇ। ਦਰਅਸਲ ਮੇਰੇ ਮਦਰ ਮੈਨੂੰ ਚਾਹੁੰਦੇ ਸੀਗੇ ਕਿ ਮੈਂ ਡਾਕਟਰ ਬਣਾ, ਅਤੇ ਜਦੋਂ ਮੈਂ ਇੱਥੇ ਆਇਆ ਵੀ BSC ਪਾਰਟ 2 ਕਰਕੇ, ਅਤੇ ਮੇਰੇ ਜਿਹੜੇ ਵੱਡੇ ਭਾਈ ਸਰਦਾਰ ਯਸ਼ਪਾਲ ਸਿੰਘ ਜੀ, ਉਹਨਾਂ ਨੇ ਮੈਨੂੰ ਕਿਹਾ ਵੀ ਕਿ BSC ਕੰਪਲੀਟ ਕਰ ਲਓ ਐਂਡ ਟੇਕ ਐਨ ਐਡਮਿਸ਼ਨ ਇਨ ਟੂ ਦ ਮੈਡੀਕਲ ਕਾਲਜ, ਬਟ ਮਾਈ ਮਾਇੰਡ ਵਾਜ਼ ਸੈਟ ਅਪ ਟੂ ਬੀ ਇਨ ਬਿਜ਼ਨਸ, ਸੋ ਦੈਟਸ ਹਾਊ ਆਈ ਸਟਾਰਟਡ ਇਨ ਟੂ ਦ ਬਿਜ਼ਨਸ। ਪਰ ਲੱਗਦਾ ਹੈ ਕਿ ਮੇਰੀ ਮਾਂ ਦਾ ਸੁਪਨਾ ਮੇਰੇ ਬੱਚਿਆਂ ਨੇ ਪੂਰਾ ਕੀਤਾ। ਆਈ ਐਮ ਸੋ ਪ੍ਰਾਊਡ ਆਫ ਦੈਟ। ਨਾਓ ਆਈ ਕੈਨ ਇਮੇਜਿਨ you can proudly say I am a father of doctors. Actually, after I was suggested that I should join the school to become a doctor, but my thing was that I want to be in the business. So I went to my brother and I asked him that, you know, he asked me that, what do you want to do? I said, I want to get a gas station. He said, what do you know about the gas station? I said, nothing. So the little light went on my mind that, you know, I should go learn. So I went to a school in Cleveland and spent about a year and a half to learn how to become the electric specialist in diagnosing the cars and whatnot. Okay. So that's how we started. After that, I was able to obtain one gas station, then second gas station, and three gas stations. Hmm. But then unfortunately, repair business was being taken away from the gas station. So then I decided to close them because I didn't want to indulge with the alcohol and tobacco product because I think as a Sikh, it would not have shown a responsible Sikh to indulge with these two items. Because when you keep grocery at the gas stations, you have to have these two items. I agree. So I decided to get into the car business. But now I'm excited to see your car business. ਔਰ ਮੈਂ ਇਹ ਵੀ ਰਿਸਰਚ ਕੀਤੀ ਹੈ ਕਿ ਤੁਹਾਡਾ 18 ਏਕੜ ਦੇ ਵਿੱਚ ਕਾਰ ਡੀਲਰਸ਼ਿਪ ਬਣੀ ਹੋਈ ਹੈ। ਸੋ ਆਈ ਐਮ ਵੈਰੀ ਯੂ ਨੋ ਐਕਸਾਈਟਿਡ ਟੂ ਸੀ ਦੈਟ ਨਾਓ। ਵੈਲ ਯੂ ਆਰ ਸੋ ਕਾਈਂਡ, ਸੋ ਵਾਈ ਡੋਨਟ ਵੀ ਡਰਾਈਵ ਅਪ ਦੇਅਰ, ਇਟਸ ਓਨਲੀ 12 ਮਿੰਟ ਡਰਾਈਵ। ਹਾਂਜੀ, ਐਂਡ ਸੀ ਇਟ ਯੂ ਫਰਸਟ ਹੈਂਡ। ਓ ਦੈਟਸ ਗੁੱਡ, 12 ਮਿੰਟ ਦੀ ਡਰਾਈਵ ਤਾਂ ਫਿਰ ਆਪਾਂ ਚੱਲ ਕੇ ਵੇਖ ਲੈਂਦੇ ਹਾਂ। ਲੈਟਸ ਗੋ। ਦਵਿੰਦਰ ਜੀ, ਨਾਈਸ ਕਾਰ, ਬਹੁਤ ਸੋਹਣੀ ਗੱਡੀ ਹੈ। ਥੈਂਕ ਯੂ। ਤੇ ਤੁਹਾਨੂੰ ਜੀਪ ਦਾ ਸ਼ੌਕ ਹੈ ਫਿਰ? ਵੈਲ, ਆਈ ਬੀਨ ਇਨ ਦਿਸ ਬਿਜ਼ਨਸ ਸੋ ਲੌਂਗ, ਸੋ ਆਮ ਪ੍ਰੀਟੀ ਮਚ ਕਾਰ ਇਮਿਊਨ, ਬਟ ਆਈ ਸਟਿਲ ਲਵ ਟੂ ਡਰਾਈਵ ਜੀਪ। ਓਕੇ, ਇਟ ਗਿਵਸ ਯੂ ਸਪੋਰਟੀ ਫੀਲਿੰਗ। ਪਹਿਲਾਂ ਮੇਰਾ ਸ਼ੌਕ ਹੁੰਦਾ ਸੀ ਬੁਲਟ ਮੋਟਰਸਾਈਕਲ। ਓਕੇ, ਐਂਡ ਆਈ ਇੰਜੋਏਡ ਦੈਟ, ਐਂਡ ਬਟ ਆਈ ਹੈਵ ਕੈਪਟ ਜੀਪ ਨਾਓ। ਸੋ ਹੁਣ ਮੈਂ ਐਕਸਾਈਟਿਡ ਹਾਂ, ਆਫਿਸ ਜਾ ਕੇ ਵੇਖਦੇ ਹਾਂ ਕੀ ਐਟਮੋਸਫੇਅਰ ਉੱਥੇ ਤੁਹਾਡਾ ਬਣਿਆ ਹੋਇਆ। ਸਾਰੇ ਆਫਿਸ ਵਾਲੇ ਵੀ ਇਕਦਮ ਚੁਕੰਨੇ ਹੋ ਜਾਂਦੇ ਹੋਣਗੇ ਕਿ ਹੁਣ ਬੌਸ ਆ ਗਿਆ। ਹੋ ਵੀ ਸਕਦਾ ਹੈ, ਪਰ ਦੇ ਆਰ ਪਾਰਟ ਆਫ ਦ ਫੈਮਲੀ, ਐਂਡ ਮਾਈ ਫਿਲਾਸਫੀ ਇਜ਼ ਨਨ ਆਫ ਦੀਸ ਪੀਪਲ ਵਰਕ ਫੋਰ ਮੀ, ਦੇ ਵਰਕ ਵਿਦ ਮੀ। ਆਈ ਐਮ ਨਾਟ ਐਨੀ ਬੈਟਰ ਪਰਸਨ ਦੈਨ ਦੇ ਆਰ। ਇਫ ਦੀ ਗੁੱਡ ਲਾਰਡ ਹੈਜ਼ ਬਲੈਸਡ ਮੀ ਵਿਦ ਦਿਸ ਪੋਜੀਸ਼ਨ, ਦੈਟ ਡਜ਼ ਨਾਟ ਮੇਕ ਮੀ ਆਟੋਮੈਟਿਕਲੀ ਅ ਬੈਟਰ ਪਰਸਨ। ਬਿਲਕੁਲ, ਮੈਂ ਇਸ ਗੱਲ ਤੋਂ ਸਹਿਮਤੀ ਰੱਖਦਾ। ਦਵਿੰਦਰ ਜੀ, ਤੁਹਾਨੂੰ ਯਾਦ ਹੈ ਕਿ ਤੁਹਾਡਾ ਕੋਈ ਕਸਟਮਰ ਸੀਗਾ ਜਿਹਨੂੰ ਤੁਸੀਂ ਸੈਟਿਸਫਾਈ ਕੀਤਾ ਹੋਣਾ? ਤੁਹਾਡੇ ਜਿਹੜੇ ਇੰਪਲੋਈਜ਼ ਨੇ ਉਹਨਾਂ ਨੇ ਕਿਹਾ ਹੋਣਾ ਕਿ ਦੇਖੋ ਸਾਡੇ ਬੌਸ ਨੇ ਕਿਵੇਂ ਇਸ ਕਸਟਮਰ ਨੂੰ ਸੈਟਿਸਫਾਈ ਕਰਤਾ? ਐਬਸੋਲੂਟਲੀ, ਮੈਂ ਇਨ ਦਿਸ ਬਿਜ਼ਨਸ ਯੂ ਆਲਵੇਸ ਫਾਈਨ, ਬਟ ਨਾਓ ਆਈ ਐਮ ਇਨ ਦ ਪੋਜੀਸ਼ਨ ਦੈਟ ਆਈ ਡੋਨਟ ਨੀਡ ਟੂ ਸਪੀਕ ਟੂ ਦੀ ਪੀਪਲ ਹੂ ਹੈਵ ਐਨ ਇਸ਼ੂ। ਮਾਈ ਮੈਨੇਜਰਸ ਹੈਵ ਦੈਟ ਐਮਪਾਵਰਮੈਂਟ ਟੂ ਟੇਕ ਕੇਅਰ ਦ ਕਸਟਮਰ, ਬਿਕੋਜ਼ ਆਈ teach and preach
that if the customer has to come to me, it means that one of you guys have failed to do your job. So they are empowered to take care of the customers. But I have in past, and it gives me a great pleasure to take a customer who was totally unsatisfied. When they leave my office, the first their instinct is, after once we are done with it, Mr. Baines, not only thank you, can we get a hug from you? ਬਿਲਕੁਲ ਬੈਂਸ ਜੀ, ਆਪਾਂ ਤਾਂ ਐਗਜੈਕਟ 12 ਮਿੰਟਾਂ ਦੇ ਇੱਥੇ ਪਹੁੰਚ ਗਏ। ਚਲੋ ਜੀ, ਆਪਾਂ ਵੇਖ ਲਈ ਦਵਿੰਦਰ ਸਿੰਘ ਬੈਂਸ ਹੋਰਾਂ ਦੀ ਧਾਰਮਿਕ ਜ਼ਿੰਦਗੀ, ਉਹਨਾਂ ਦੀ ਪਰਿਵਾਰਕ ਜ਼ਿੰਦਗੀ। ਹੁਣ ਉਹਨਾਂ ਦੀ ਜ਼ਿੰਦਗੀ ਆਪਾਂ ਵੇਖਣਾ ਚਾਹੁੰਦੇ ਹਾਂ ਕਿ ਕੀ ਹੈ ਉਹਨਾਂ ਦੀ ਰਿਸਪੋਂਸੀਬਿਲਟੀ ਉਹਨਾਂ ਦੇ ਬਿਜ਼ਨਸ ਦੇ ਵਿੱਚ, ਔਰ ਕਿਵੇਂ ਬਣੇ ਉਹ ਸਕਸੈਸਫੁਲ ਐਂਟਰਪ੍ਰੀਨੋਰ ਇੰਨੇ ਵੱਡੇ ਐਮਪਾਇਰ ਦੇ। ਐਮਪਾਇਰ 18 ਏਕਰਸ ਦੇ ਵਿੱਚ ਫੈਲਿਆ ਹੋਇਆ, ਅਤੇ ਨਾਲ ਹੀ $500,000 ਇਹਦੀ ਐਟ ਪਾਰ ਕੋਸਟ ਹੈ ਪਰ ਮੰਥ ਦੀ, ਅਤੇ ਕਿਵੇਂ ਇੰਨੀ ਵੱਡੀ ਸਿਰਦਰਦੀ ਸੰਭਾਲਦੇ ਹਨ, ਔਰ 60 ਤੋਂ ਲੈ ਕੇ 70 ਇੰਪਲੋਈ ਜੋ ਕਿ ਇਹਨਾਂ ਦੇ ਵਿੱਚ ਨਾਲ ਕੰਮ ਕਰਦੇ ਹਨ, ਔਰ ਲਗਭਗ 100 ਤੋਂ ਵੀ ਜ਼ਿਆਦਾ ਜਿਹੜੇ ਇਹਨਾਂ ਦੇ ਕੋਲ ਪਾਰਟ ਟਾਈਮਰਸ ਹਨ। ਇੰਨੀ ਵੱਡੇ ਇੰਪਲੋਈਜ਼, ਇੰਨੀ ਵੱਡੀ ਐਮਪਾਇਰ ਦਵਿੰਦਰ ਸਿੰਘ ਬੈਂਸ ਹੋਰਾਂ ਦੀ। ਮੇਰੀ ਕਹਾਣੀ ਮੇਰੀ ਜ਼ਬਾਨੀ ਦੇ ਇਸ ਭਾਗ ਦੇ ਵਿੱਚ ਜਾਣਨਾ ਜ਼ਰੂਰੀ ਹੈ। ਆਓ ਕਰੀਏ ਇਸ ਬਾਰੇ ਰਿਸਰਚ। ਵਾਓ ਵਾਓ ਬੈਂਸ ਸਾਹਿਬ, ਸੋ ਵੀ ਹੈਵ ਡੀਲਰਸ਼ਿਪ ਆਫ ਜੀਪ, ਰੈਮ, ਡੋਜ, ਕ੍ਰਾਈਸਲਰ, ਐਂਡ ਦੇ ਆਲ ਆਰ ਯੋਰ ਟੀਮ ਸਾਰਿਆਂ ਦੀ? ਯਾ, ਦੀਜ਼ ਆਰ ਟੀਮ ਮੈਂਬਰਸ, ਦੀਜ਼ ਆਰ ਸਮ ਆਫ ਅਵਰ ਮੈਨੇਜਰਸ। Then in the center you see the sales person of the month. Okay. That's a Conrad Ruesca. Mm-hmm. He's a very productive member of the team. Wow. I can see the finance manager, lot manager, office administrator, HR administrator, general manager, controller. Then you have a sales person of the month. And then you have finance director, service manager, ads manager, assistant service manager. Then again, assistant service manager. Then again, assistant service manager. Wow, lots of managers. And who are handling these managers? The general manager. The general manager, okay. But of course, end of the day, to aadi vi zimmewari bandi hogi. And sare nu sambhalna. ਅਤੇ ਜ਼ਰੂਰ ਮੈਂ ਹੁਣ ਤੁਹਾਡੇ ਬਿਜ਼ਨਸ ਬਾਰੇ ਜਾਣਨਾ ਚਾਹੁੰਦਾ, ਤੁਹਾਡੀ ਟੀਮ ਨਾਲ ਵੀ ਮਿਲਣਾ ਚਾਹੁੰਦਾ। ਸ਼ੋਰ। ਔਰ ਜੋ ਮੈਂ ਸੁਣਿਆ ਸੀਗਾ ਉਸ ਤੋਂ ਵੀ ਵੱਧ ਮੈਂ ਵੇਖ ਰਿਹਾ, ਐਂਡ ਆਈ ਕੈਨ ਸੀ ਅ ਵੈਰੀ ਪ੍ਰੋਫੈਸ਼ਨਲ ਟੀਮ ਹੇਅਰ। ਥੈਂਕ ਯੂ ਵੈਰੀ ਮੱਚ। ਸੋ ਮੇਰੇ ਪਾਸ ਕੋਈ ਇੱਥੇ 60-62 ਕਰੀਬ ਦੇ ਇੰਪਲੋਈ ਹੈਗੇ ਨੇ, ਐਂਡ ਪਾਰਟ ਟਾਈਮ ਸੀ ਹੈਵ ਲਾਟ ਮੋਰ। ਸੋ ਆਈ ਆਲਵੇਜ਼ ਟੈਲ ਦੈਮ ਦੈਟ ਦੇ ਆਰ ਨਾਟ ਵਰਕਿੰਗ ਫੋਰ ਮੀ, ਦੇ ਆਰ ਵਰਕਿੰਗ ਵਿਦ ਮੀ। ਕਿਆ ਬਾਤ ਹੈ। So that's how we keep it. And once you have a happy employee, definitely they are going to give you a happy customer. Car dealership business switch. ਆਪਣੀ ਅੱਡ ਪਹਿਚਾਣ ਬਣਾਉਣਾ, ਐਡਾ ਵੱਡਾ ਐਮਪਾਇਰ ਖੜਾ ਕਰਨਾ ਅਤੇ ਬਿਜ਼ਨਸ ਨੂੰ ਸਕਸੈਸਫੁਲੀ ਚਲਾਉਣਾ, ਇਸ ਸਭ ਪਿੱਛੇ ਸਰਦਾਰ ਦੇਵਿੰਦਰ ਸਿੰਘ ਜੀ ਦਾ ਡਿਸਿਪਲਿਨ, ਹਾਰਡਵਰਕ, ਪੋਜ਼ਿਟਿਵ ਥਿੰਕਿੰਗ ਅਤੇ ਉਹਨਾਂ ਦੀ ਵਰਕ ਇਜ਼ ਵਰਸ਼ਿਪ ਵਾਲੀ ਫਿਲਾਸਫੀ ਹੈ। ਨਾਈਸ ਆਫਿਸ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਬਹੁਤ ਸੋਹਣਾ ਬਣਾਇਆ ਹੋਇਆ, ਔਰ ਇੱਥੇ ਵੀ ਫਤਿਹ ਹਾਸਿਲ ਕੀਤੀ ਹੋਈ ਹੈ ਦੀਵਾਰਾਂ ਦੇ ਉੱਤੇ, ਐਪਰੀਸ਼ੀਏਸ਼ਨ ਅਵਾਰਡਸ, ਇੰਨੇ ਸਾਰੇ ਵੇਖ ਕੇ ਦਿਲ ਖੁਸ਼ ਹੋ ਰਿਹਾ ਹੈ। ਦਾਤੇ ਦੀ ਮਿਹਰ ਹੈ ਜੀ, ਆਮ ਨਾਟ ਕੇਪੇਬਲ ਟੂ ਡੂ ਆਲ ਦਿਸ ਮਾਈਸੈਲਫ। ਹੰਬਲ ਪਰਸਨ ਹਮੇਸ਼ਾ ਇਹੀ ਕਹਿੰਦਾ। ਅਤੇ ਡੋਜ, ਰੈਮ, ਜੀਪ, ਕ੍ਰਾਈਸਲਰ ਸਾਰੇ ਤੁਹਾਡੇ ਕੋਲ ਨੇ, ਅਤੇ ਕਿੰਨੀ ਸੇਲਸ ਲਗਭਗ ਤੁਸੀਂ ਮਹੀਨੇ ਦੀ ਕਰ ਲੈਂਦੇ ਹੋ? ਸਾਡੀ ਪੁਰਾਣੀ ਨਵੀਆਂ ਗੱਡੀਆਂ ਮਿਲਾ ਕੇ ਕੋਈ 150-200 ਦੇ ਕਰੀਬ ਸਾਡੀਆਂ ਗੱਡੀਆਂ ਵਿਕ ਜਾਂਦੀਆਂ ਨੇ ਇੱਥੇ। ਓਕੇ। ਐਂਡ ਵੀ ਆਲਸੋ ਹੈਵ ਦੀ ਸਰਟੀਫਾਈਡ ਪ੍ਰੀ ਓਨਡ ਵਹੀਕਲਸ ਆਲਸੋ, ਐਂਡ ਦੈਨ ਵੀ ਹੈਵ ਅ ਲਾਰਜ ਸਰਵਿਸ ਡਿਪਾਰਟਮੈਂਟ ਵਿਚ ਵੀ ਸਰਵਿਸ ਲਾਟ ਆਫ ਵਹੀਕਲਸ ਹੇਅਰ ਟੂ। ਮੈਨੂੰ ਇਹਨਾਂ ਦਾ ਪਤਾ ਹੈ ਕਿ $500,000 ਤੁਹਾਡੀ ਐਡ ਪਾਰ ਕੋਸਟ ਹੈਗੀ ਹੈ ਪਰ ਮੰਥ, ਅਤੇ ਉਹ ਕੋਸਟ ਨੂੰ ਵੀ ਪੂਰਾ ਕਰਨਾ ਔਰ ਸਾਰੀ ਸੇਲਸ ਨੂੰ ਵੀ ਵੇਖਣਾ, ਦੈਨ ਤੁਹਾਡੇ ਇੰਪਲੋਈਜ਼ ਨੂੰ ਵੀ ਵੇਖਣਾ, ਸੋ
ਕਿੰਨਾ ਵੱਡਾ ਚੈਲੰਜ ਹੈ ਤੁਹਾਡੇ ਲਈ? ਦੇਖੋ, ਚੈਲੰਜ ਕੋਈ ਵੀ ਵੱਡਾ ਨਹੀਂ ਹੁੰਦਾ, ਇਟ ਡਿਪੈਂਡਸ ਹਾਊ ਯੂ ਡੀਲ ਵਿਦ ਇਟ. ਵਾਂਸ ਯੂ ਸੈਟ ਅਪ ਆਲ ਦੀ ਪੈਰਾਮੀਟਰਸ ਆਫ ਦ ਬਿਜ਼ਨਸ, ਵਾਂਸ ਯੂ ਲੁੱਕ ਇਨ ਟੂ ਯੂਰ ਐਕਸਪੈਂਸਿਸ ਐਂਡ ਦੈਨ ਯੂ ਸਟਾਰਟ ਲੁੱਕਿੰਗ ਇਨ ਟੂ ਵੀ ਐਕਸਪੈਂਸ ਅਸੀਂ ਕਿਹੜਾ ਕੱਟ ਕਰ ਸਕਦੇ, ਕਿਹੜਾ ਅਸੀਂ ਨਹੀਂ ਕੱਟ ਕਰ ਸਕਦੇ. ਸੋ ਇਨ ਬਿਜ਼ਨਸ ਵਰਲਡ ਇਟਸ ਨਾਟ ਵਟ ਯੂ ਗੋਨਾ ਮੇਕ, ਇਟ ਵਟ ਯੂ ਗੋਨਾ ਸੇਵ ਇਜ਼ ਦੈਟਸ ਅਕਾਊਂਟਡ ਫੋਰ. So yes, it's a challenge, you know, some months are slow, some months are busy. So what we decide to do is, you know, when we have a great month, we save some of that money for the better month or for the slow month. We do it that way. Hun inna wada karobar te obvious gal hai, customer satisfaction to really important because you are into auto part business and for you sales and customer is important. The customer satisfaction lay tode kol ki ki hai? So we have first when the salesperson does the delivery, then we call customer within first 24 hours. Okay. To check on them if they got home all right, if they're happy with their purchase, you know, if there's anything else then we can do. So then we have first 24 hour follow up, then we have a week follow up, then we have a 6 month follow up, then we have 1 year anniversary follow up. So our customer satisfaction always stays above zone average, which is considered to be one of the best one. Kai log businessman koshish karde ne ki assi sirf te sirf customers nu happy kariye, but my philosophy is a little different. So customer satisfaction index, which is known as CSI, I have started my own index ESI, which is employee satisfaction index. So I want to make sure that everyone works here, that they're happy as well too. When I come in the morning, 7:30 in the morning, my first day or first thing in the morning is I'll go walk around at every employee present. I shake their hand. Good morning. How are you doing? How's your family? Je mainu kithe pata lag janda hai ki inna di family de vichon koi is not doing well or the health is not well, I like to know a little further ahead. So it becomes so important for you to make this into a family instead of the working environment. So those people, your employees, then they come and talk to you regarding any and every field. So mere paas koi athe 60-62 kareeb de employee hage ne, and part time so you have a lot more. So I always tell them that they are not working for me, they are working with me. Kya baat hai? So that's how we keep it. And once you have a happy employee, definitely they are going to give you a happy customer. I can understand. Tode business vich sab ton zyada important mainu lagda hai jehda important role play karde han oh service technicians honge. So oh kinne ko hai, kinne how they work? Saade paas 18 technicians hai gaya, jehde vichon more than 70% are level 3. Level 3 means is considered to be the master technicians. Okay. It costs a lot of money to train a technician. Every quarter they have to go take an upgrade courses to become certified, because every so often the options on the cars are changing, you know, computers are changing. Now these days cars are just like robots. They can fix themselves also. ਹੁਣ ਫਰਜ਼ ਕੀਤਾ ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਡੀ ਚੈੱਕ ਇੰਜਨ ਲਾਈਟ ਹੋ ਗਈ, ਔਨ ਹੋ ਗਈ, ਬਟ ਕਾਰਸ ਰਨਿੰਗ ਫਾਈਨ, ਦੈਨ ਯੂ ਬ੍ਰਿੰਗ ਇਟ ਟੂ ਦ ਡੀਲਰਸ਼ਿਪ, ਦੈਨ ਵੀ ਗੋ ਇਨ ਟੂ ਦ ਕੰਪਿਊਟਰ ਬ੍ਰੇਨ ਐਂਡ ਟਰਾਈ ਟੂ ਸੀ ਇਟ ਵੀ ਇਹ ਚੈੱਕ ਇੰਜਨ ਲਾਈਟ ਆਈ ਕਿਸ ਕਰਕੇ ਆ, ਐਂਡ ਦੈਨ ਵੀ ਟਰਾਈ ਟੂ ਅਪਗ੍ਰੇਡ ਦ ਕੰਪਿਊਟਰ ਸਾਫਟਵੇਅਰ, ਐਂਡ ਦੈਨ ਹਾਰਡਵੇਅਰ ਇਜ਼ ਅ ਮੇਨ ਕੰਪਿਊਟਰ ਦੈਟਸ ਵੈਰੀ ਸੈਲਡਮ ਗੋ ਡਾਊਨ, ਬਟ ਵੀ ਅਪਗ੍ਰੇਡ ਸਾਫਟਵੇਅਰਸ ਕੁਆਇਟ ਆਫਨ. And these technicians are average, they make anywhere from $30 to $50 an hour. They are not technicians, they are actually engineers. So this is a very respectful job for them. It's a very rewarding job for them also. And we are proud to have that team in Turlock, Chrysler, Dodge, Jeep and Ram. Main excited is karke ho rahe hain ki I can see har department de kol tade kol manager rahega. ਅਤੇ ਉਹਦੀ ਜ਼ਰੂਰਤ ਪੈਂਦੀ ਹੈ ਕਿ ਬਟ ਯੂ ਨੀਡ ਦੈਟ ਐਵਰੀ ਡਿਪਾਰਟਮੈਂਟ ਸ਼ੁੱਡ ਪਲੇ ਅ ਗੁੱਡ ਰੋਲ, ਸੋ ਦੈਟਸ ਵਾਈ ਯੂ ਹੈਵ ਅ ਡਿਫਰੈਂਟ ਮੈਨੇਜਰਸ. ਓ ਐਬਸੋਲਿਊਟਲੀ, ਕਿਉਂਕਿ ਰਿਸਪੋਂਸਿਬਿਲਟੀ ਤੁਹਾਡੀ ਜਿੰਨੀ ਹੁੰਦੀ ਹੈ ਨਾ ਐਜ਼ ਅ ਹਿਊਮਨ ਨੇਚਰ, ਯੂ ਹੈਵ ਟੂ ਓਨਲੀ ਗਿਵ ਸਰਟਨ ਰਿਸਪੋਂਸਿਬਿਲਟੀਜ਼ ਵਿਚ ਪੀਪਲ ਕੈਨ ਡੂ ਇਟ ਵਿਦ ਦੇਅਰ ਫੁਲਫਿਲਮੈਂਟ.
ਐਂਡ ਜੇ ਤੁਸੀਂ ਜ਼ਿਆਦਾ ਓਵਰਲੋਡ ਕਰਦੇ ਹੋ ਤਾਂ ਫਿਰ ਸਾਡਾ ਬ੍ਰੇਕਰ ਕਿਤੇ ਨਾ ਕਿਤੇ ਆਫ ਹੋ ਜਾਂਦਾ ਹੈ. ਸੋ ਯੂ ਨੀਡ ਟੂ ਮੇਕ ਸ਼ੋਰ ਯੂ ਗਿਵ ਦੈਮ ਦ ਰਿਸਪੋਂਸਿਬਿਲਿਟੀ. ਐਂਡ ਮਾਈ ਆਈਡੀਆ ਆਫ ਵਰਕਿੰਗ ਇਜ਼ ਦੈਟ ਆਈ ਵੁੱਡ ਗਿਵ ਦੈਮ ਰਿਸਪੋਂਸਿਬਿਲਿਟੀ ਐਂਡ ਵਾਕ ਅਵੇ ਐਂਡ ਲੈਟ ਦੈਮ ਡੂ ਦੇਅਰ ਬੈਸਟ. ਇਫ ਦੇ ਹੈਵ ਮੀਟ ਔਰ ਐਕਸੀਡ not my requirement, company's requirement, because they work for the company. Mm. Because as a president of the company, I'm also employee of the company. Okay. That's the structure. So I empower my managers to make decisions. Every manager is empowered with certain amount of dollar that you can spend this into the customers if customer needs something. One thing is, don't ever argue with customer. It doesn't matter. If someone comes here that, you know, I'm looking for the free oil change, first you try to explain them, would you tell us, Mr. Customer, why do you think you need a free oil change? Even if the customer does not have an excuse, we're still going to do it. Because that's our advertisement. That's our goodwill. Sometimes customers come, meri gaddi ji scratch ho gayi hai, in usi theek kar diyo. We're not only going to touch it up, we're going to send them home with a touch of paint also. Because cars cost money these days. Correct. Upkeeping cost money too. To jekar mens ji koi apne is business de vich auna chahunda hai, hun youth hai, they are interested in, you know, car auto part business, car dealership de vich, te unhan nu ki advice dena chahoge? Because I can see you are master of every field. Well, Harkirat ji, that's so nice of you that I'm not anywhere near master and I don't know everything. My mind is open. I'm learning. I learn from my children. I learn from my employees. And I learn every day. Insan jab tak akhan nahi band karke chale nahi janda is duniya to ud tak unu apne sikhan di jehdi hundi arza jehdi hundi hamesha rakhni chahiye. Every day is a new learning. Every day is a new day. Yes, yes. ਇੰਨੇ ਵੱਡੇ ਇੰਪਾਇਰ ਦੇ ਵਿੱਚ ਮੈਂ ਤਾਂ ਆ ਕੇ ਬਹੁਤ ਖੁਸ਼ ਹੋ ਰਿਹਾ ਔਰ ਮੈਂ ਤੁਹਾਡੀ ਟੀਮ ਨੂੰ ਵੀ ਜ਼ਰੂਰ ਮਿਲਣਾ ਚਾਹੁੰਦਾ ਬਟ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਵਟ ਇਜ਼ ਯੋਰ ਫਿਊਚਰ ਪਲਾਨਸ ਯੂ ਥਿੰਕ ਯੂ ਹੈਵ ਅਚੀਵਡ ਆਲ ਦ ਥਿੰਗਸ ਵੈਲ ਆਈ ਹੈਵ ਰੀਸੈਂਟਲੀ ਪਰਚੇਸਡ ਅਨਦਰ 5-6 ਏਕਰਸ ਆਫ ਲੈਂਡ ਐਂਡ ਟੂ ਆਈ ਵਾਸ ਹੋਪਿੰਗ ਦੈਟ ਵਨ ਆਫ ਮਾਈ ਚਿਲਡਰਨ ਵੁੱਡ ਕਮ ਐਂਡ ਟੇਕ ਓਵਰ ਬਟ ਮਾਈ ਕਿਡਸ ਹੈਵ ਡਿਸਾਈਡਡ ਟੂ ਗੋ ਔਨ ਟੂ ਦੇਅਰ ਓਨ ਫਿਊਚਰ ਆਫ ਦੀ ਮੈਡੀਕਲ ਪ੍ਰੋਫੈਸ਼ਨ ਦੇ ਆਲ ਡਾਕਟਰਸ. But I think I'm going to keep growing. I'm going to keep growing. Then my idea is to bring a few more other franchises. And Baki, I can only plan and work on it to make it into a complete plan decision. It has to come from Vaheguru. It's not my decision. Mainu hun kehne di lod nahi hegi tuhanu. So ਤੁਸੀਂ ਖੁਦ ਆਪ ਉਹਨਾਂ ਦੀ ਜ਼ੁਬਾਨੀ ਸੁਣੀ ਹੈਗੀ ਹੈ ਉਹਨਾਂ ਦੀ ਕਹਾਣੀ ਔਰ ਸਾਡਾ ਵੀ ਇਹੀ ਟੀਚਾ ਹੈਗਾ ਕਿ ਤੁਹਾਨੂੰ ਕਹਾਣੀ ਨਾ ਸੁਣਾਈਏ ਸਿਰਫ ਕੁਝ ਪ੍ਰੈਕਟੀਕਲ ਗੱਲਾਂ ਤੁਹਾਨੂੰ ਸੁਣਾਈਏ ਜੋ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ ਇੰਪਲੀਮੈਂਟ ਕੀਤੀਆਂ ਔਰ ਅੱਜ ਮੁਕਾਮ ਜਿਹੜਾ ਹੈਗਾ ਹਾਸਿਲ ਕੀਤਾ ਔਰ ਬੁਲੰਦੀਆਂ ਦੀ ਪੌੜੀਆਂ ਚੜ੍ਹਦੇ 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 ਅੱਜ ਵੀ ਉਹ ਇਹੀ ਸੁਨੇਹਾ ਦੇ ਰਹੇ ਨੇ ਕਿ ਆਪਣੇ ਆਪ 'ਤੇ ਵਿਸ਼ਵਾਸ ਰੱਖੋ ਆਪਣੇ ਮਾਤਾ ਪਿਤਾ 'ਤੇ ਵਿਸ਼ਵਾਸ ਰੱਖੋ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਉਹਦੇ ਉੱਤੇ ਵਿਸ਼ਵਾਸ ਰੱਖੋ ਔਰ ਆਪਣੇ ਫੈਮਿਲੀ ਦੇ ਉੱਤੇ ਵਿਸ਼ਵਾਸ ਰੱਖੋ ਔਰ ਜੋ ਕੋਲੀਗਸ ਔਰ ਜੋ ਇੰਪਲੋਈਜ਼ ਤੁਹਾਡੇ ਨਾਲ ਕੰਮ ਕਰਦੇ ਹਨ ਉਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਔਰ ਲਰਨ ਕਰੋ ਹਰ ਦਿਨ ਲਰਨ ਕਰਨਾ ਹਰ ਦਿਨ ਨਵੀਂ ਗੱਲਾਂ ਸਿੱਖਣੀਆਂ ਤੁਸੀਂ ਜੋ ਵੀ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਦਵਿੰਦਰ ਸਿੰਘ ਬੈਂਸ ਆਪਣੇ ਇੰਪਲੋਈਜ਼ ਦੇ ਨਾਲ ਕਿਵੇਂ ਸਮਾਂ ਬਤੀਤ ਕਰਦੇ ਹਨ ਉਹ ਵੀ ਕਹਾਣੀ ਆਪਾਂ ਜਾਣਾਂਗੇ ਉਹਨਾਂ ਦੇ ਜ਼ੁਬਾਨੀ ਆਓ ਚੱਲਦੇ ਹਾਂ ਦਵਿੰਦਰ ਸਿੰਘ ਬੈਂਸ ਹੋਰਾਂ ਦੇ ਇੰਪਲੋਈਜ਼ ਦੇ ਕੋਲ ਲੇਕਿਨ ਉਹ ਕਹਿੰਦੇ ਮੇਰੇ ਇੰਪਲੋਈਜ਼ ਨਹੀਂ ਮੇਰੀ ਫੈਮਿਲੀ ਹੈ ਅਤੇ ਇਹਨਾਂ ਦੀ ਬਿਜ਼ਨਸ ਫੈਮਿਲੀ ਨਾਲ ਵੀ ਹੋ ਲੈਂਦੇ ਹਾਂ ਮੁਖਾਤੇ ਮਾਈ ਨੇਮ ਇਜ਼ ਏਰਿਕ ਆਈ ਐਮ ਦ ਫਾਈਨੈਂਸ ਡਾਇਰੈਕਟਰ ਹੇਅਰ ਐਟ ਟਰਲੋਕ ਡਾਜ ਟਰਲੋਕ ਡਾਜ ਇਜ਼ ਅ ਗ੍ਰੇਟ ਪਲੇਸ ਟੂ ਵਰਕ I just want to let you know that Devinder is an amazing, amazing person. He's very caring, business-minded, an absolute wonderful person. ¶¶
My name is Homer. I do finance here. I'm a finance manager at Sherlock CDJR. I work for Mr. Devinder. And I've been here for 2.5 years, and I have really good experience, and I think I'm going to retire here. I do all customer paperwork. I work with banks. I try to do my best as Mr. Devinder's request. Devinder is he's owner, but he's more like a friend to me. And I have a really good relationship with him. That's why I've been here for 2.5 years, and I'm going to be here for a long time because of the relationship, because of the atmosphere that he created here. He has a really good relationship with everybody else. And as a person, I really like him. As an owner, I like him. As my manager, I like him. He does good to me and to my coworkers. That's my opinion. Eric. I'm the finance director here at Turlock Dodge. Turlock Dodge is a great place to work, very family oriented, and just everybody here is one big happy family. I've worked for Devinder for 6 years now. He's one of the greatest owners I've ever worked with. Takes care of his family and the dealership, and he's a real pleasure to work with. He's almost like a father figure to me. Anything you need, you go to him, takes care of it. He's a great man. My name is Martin Resga. I'm the lot manager of Turlock Chrysler. I know Mr. Devinder for almost 5.5 years from now. And I like working here because he wants to get this company up in the air with success for everybody. He cares about the families here and all the people we work for. Hello, my name is Valerie Santana. I'm the business development coordinator with Turlock Chrysler Dodge Jeep Ram. And I just want to let you know that Devinder is an amazing, amazing person. He's very caring, business-minded, an absolute wonderful person. Hi, my name is Jesse Kiriakis, sales manager here at Turlock Chrysler Jeep Dodge Ram. One thing I could say about Turlock Chrysler Dodge Jeep Ram, we do take our sales staff here very seriously with our customers. We want to make sure they're getting a great experience. And one thing Mr. Baines has done is shown that in the years that he's been at the dealership. Very proud to be working here. Just under 10 years certified in the Chrysler background, so I'm very happy to be in the Mopar family here, and he gave me an opportunity to be a sales manager and move up in the chain here in the sales automotive business. So very proud to be a part of the company and very happy to be here, and truly a blessing. Very humble, and they broke the mold when they made Devinder. That's definitely what I can say. ਸਤਿ ਸ਼੍ਰੀ ਅਕਾਲ ਜੀ, ਮੈਂ ਹੈਗਾ ਕਮਲਜੀਤ ਸਿੰਘ, ਜਨਰਲ ਮੈਨੇਜਰ ਇੱਥੇ ਟਰਲਾਕ ਕ੍ਰਾਈਸਲਰ ਡਾਚ ਜੀਪ ਰੈਮ 'ਤੇ। ਮੈਂ ਇੱਥੇ ਮੈਨੂੰ ਥੋੜ੍ਹਾ ਚਿਰ ਹੀ ਹੋਇਆ ਸ਼ੁਰੂ ਕਰਤੇ ਕੰਮ, ਦਵਿੰਦਰ ਨਾਲ ਮੈਂ ਬਹੁਤ ਚਿਰ ਕੰਮ ਕੀਤਾ ਫੋਰ ਅਬਾਊਟ 20 ਈਅਰਸ ਨਾਓ। ਗ੍ਰੇਟ ਗਾਏ, ਸੋ ਫਾਈਨਲੀ ਵੀ ਡਿਸਾਈਡ ਟੂ ਵਰਕ ਟੁਗੈਦਰ ਐਂਡ ਆਈ ਥਿੰਕ ਇਟਸ ਗ੍ਰੇਟ ਓਪਰਚੁਨਿਟੀ ਫੋਰ ਮੀ, ਇਟਸ ਗ੍ਰੇਟ ਓਪਰਚੁਨਿਟੀ ਫੋਰ ਟਰਲਾਕ ਕ੍ਰਾਈਸਲਰ ਡਾਚ ਜੀਪ ਰੈਮ ਫੋਰ ਅਸ ਟੇਕ ਟੂ ਨੈਕਸਟ ਲੈਵਲ। ਦਵਿੰਦਰ ਇਟਸ ਅ ਗ੍ਰੇਟ ਗਾਏ। Well, one thing I've learned about him, very hardworking person. So what we see today and what he's accomplished in his life is nothing but hard work and dedication. It teaches a lot of things. It also encourages to work hard and get to our goals. ਤੇ ਲਓ ਜੀ, ਇਹ ਸੀਗਾ ਬੈਂਸ ਪਰਿਵਾਰ, ਇਹ ਸੀਗੇ ਦਵਿੰਦਰ ਸਿੰਘ ਬੈਂਸ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਅੰਮ੍ਰਿਤ ਕੌਰ, ਜਿਹਨਾਂ ਦੇ ਨਾਲ ਅਸੀਂ ਕੀਤੀ
ਮੇਰੀ ਕਹਾਣੀ ਮੇਰੀ ਜ਼ਬਾਨੀ ਬਹੁਤ ਇੰਸਪਾਇਰਡ ਹੋਇਆ ਮੈਂ ਬਹੁਤ ਮੈਨੂੰ ਮੋਟੀਵੇਸ਼ਨ ਮਿਲੀ ਜੇਕਰ ਤੁਹਾਨੂੰ ਵਧੀਆ ਲੱਗੀ ਇਹਨਾਂ ਦੀ ਕਹਾਣੀ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਅਤੇ ਬਹੁਤ ਖੁਸ਼ੀ ਹੋਈ ਇਹਨਾਂ ਦੀ ਪਰਿਵਾਰਕ ਇਹਨਾਂ ਦੀ ਸਮਾਜਕ ਇਹਨਾਂ ਦੀ ਵਪਾਰਕ ਜ਼ਿੰਦਗੀ ਜਾਣ ਕੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੈਂ ਵੀ ਆਵਾਂ ਤੁਹਾਡੇ ਕੋਲ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਇਸ ਹੇਠ ਲਿਖੀ ਈਮੇਲ ਆਈ ਡੀ ਦੇ ਉੱਤੇ ਆਵਾਂਗੇ ਤੁਹਾਡੇ ਕੋਲ ਤੁਹਾਡੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹੀ ਸੇਮ ਸ਼ੋਅ ਮੇਰੀ ਕਹਾਣੀ ਮੇਰੀ ਜ਼ੁਬਾਨੀ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧੀਮਾਨ ਅਤੇ ਅਸਿਸਟੈਂਟ ਡਾਇਰੈਕਟਰ ਸੁੱਖਾ ਸੰਘਾ ਦੇ ਨਾਲ ਜਸ ਪੰਜਾਬੀ ਦੇ ਲਈ Thank you.